ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਘੈਂਟ ਹੋਵੋਗੇ। ਅੱਜ ਦੀ ਜਿਹੜੀ ਵੀਡੀਓ ਆਪਾਂ ਦੇਖਣ ਲੱਗੇ ਹਾਂ ਉਹ ਹੈਗੀ ਹੈ ਇੱਕ ਪੋਇਟ ਨੇ ਬਾਬਾ ਨਾਜ਼ਮੀ। ਸੋ ਉਹਨਾਂ ਦੀ ਇੱਕ ਜਿਹੜੀ ਪੋਇਟਰੀ ਹੈ ਉਹ ਆਪਾਂ ਇੱਕ ਜੋ ਫੈਜ਼ਾਨ ਬਸ਼ੀਰ ਨੇ ਉਹਨਾਂ ਦੇ ਜ਼ਰੀਏ ਆਪਾਂ ਦੇਖਣੀ ਹੈ। ਇੱਕ ਕਲਾਮ ਹੈ, ਸੋ ਕਲਾਮ ਕਹਿ ਲਓ ਪੋਇਟਰੀ ਕਹਿ ਲਓ। ਅਤੇ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਇੱਦਾਂ ਦੇ ਵਾਦ ਵਿਵਾਦ ਆ ਚੱਲਦੇ ਰਹਿੰਦੇ ਆ ਕਿ ਕਿਸੇ ਨੇ ਮੰਦਰ ਢਾਤਾ, ਕਿਸੇ ਨੇ ਮਸਜਿਦ ਢਾਤੀ, ਮਤਲਬ ਧਰਮ ਦੇ ਨਾਮ ਤੇ ਪੋਲਿਟਿਕਸ ਹੁੰਦੀ ਹੈ। ਕਦੇ ਗੁਰਦੁਆਰਾ ਸਾਹਿਬ, ਹਾਂਜੀ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਬੇਦਬੀ ਹੋਈ ਹੈ, ਮਤਲਬ ਅੰਮ੍ਰਿਤਸਰ ਦਰਬਾਰ ਸਾਹਿਬ ਬਹੁਤ ਜ਼ਿਆਦਾ ਹੋਈ ਹੈ। ਕਾਫੀ ਕਿੰਨੀ ਵਾਰੀ ਢਾਇਆ ਗਿਆ, ਮਤਲਬ ਜਦੋਂ ਜੋ ਵੀ ਹੋਣਾ ਉਦੋਂ ਇੱਦਾਂ ਦੇ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ, ਪਤਾ ਨਹੀਂ ਕਿਹੜੀਆਂ ਏਜੰਸੀਆਂ ਕਰਾਉਂਦੀਆਂ ਜਾਂ ਜੋ ਵੀ ਕਰਾਉਂਦੀਆਂ, ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਦੂਜੇ ਦੇ ਧਰਮ ਲਈ ਨਫ਼ਰਤ ਪੈਦਾ ਕਰਦੀਆਂ। ਸੋ ਉਹਦੇ ਬਾਬਤ ਇਹ ਅੱਜ ਇੱਕ ਵੀਡੀਓ ਹੈ, ਧਿਆਨ ਨਾਲ ਦੇਖਿਓ, ਬਹੁਤ ਜ਼ਰੂਰੀ ਹੈ। ਅਤੇ ਵੀਡੀਓ ਐਂਡ ਤੱਕ ਦੇਖਿਓ, ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਪੰਜਾਬੀ ਰੀਅਲ ਟੀਵੀ। ਮੈਂ ਹਾਂ ਤੁਹਾਡਾ ਦੋਸਤ ਅਨਮਿਤ ਸਿੰਘ, ਦਿਲਪ੍ਰੀਤ ਕੌਰ। ਵੀਡੀਓ ਕਰਦੇ ਬਿਨਾਂ ਕਿਸੇ ਦੇਰ ਤੋਂ ਸ਼ੁਰੂ। ਮਸਜਿਦ ਮੇਰੀ ਤੂੰ ਕਿਉਂ ਟਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਵਾਹ ਕੀ ਬਾਤ। ਮਸਜਿਦ ਮੇਰੀ ਤੂੰ ਕਿਉਂ ਟਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਦੋਵੇਂ ਰਲ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਵਾਹ ਯਾਰ ਵਾਹ ਵਾਹ ਵਾਹ। ਮਸਜਿਦ ਮੇਰੀ ਤੂੰ ਕਿਉਂ ਟਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਮਸਜਿਦ ਮੇਰੀ। ਹੁਣ ਇਹ ਇੱਕ ਮੁਸਲਿਮ ਹੈ, ਠੀਕ ਹੈ, ਉਹਨਾਂ ਦੇ ਮਨ 'ਚ ਵੀ ਇਹ ਚੀਜ਼ ਹੈ ਕਿ ਮੈਂ ਕਿਉਂ ਤੋੜਾਂ ਮੰਦਰ ਨੂੰ, ਹੈ ਨਾ। ਬਾਬਾ ਨਾਜ਼ਮੀ ਦੀ ਇਹ ਪੋਇਟਰੀ ਹੈ, ਇਹ ਪੜ੍ਹ ਰਹੇ ਹੈ ਅਤੇ ਬਹੁਤ ਸਹੀ ਗੱਲ ਹੈ। ਇੱਧਰ ਵੀ ਸਾਡੇ ਕਾਫੀ ਸਾਰੀ, ਮਤਲਬ ਇੱਕ ਦੋ ਏਜੰਸੀਆਂ ਇੱਦਾਂ ਦੀਆਂ ਔਰਗਨਾਈਜੇਸ਼ਨਸ ਆ ਜਿਹੜੀਆਂ ਇੱਦਾਂ ਦੇ ਕੰਮ ਕਰਦੀਆਂ, ਠੀਕ ਹੈ, ਜੋ ਮਸਜਿਦਾਂ ਢਾਉਂਦੀਆਂ ਜਾਂ ਜਿਹੜੇ ਮੰਦਰ ਢਾਉਂਦੇ ਆ, ਕੋਈ ਪੈਸੇ ਵਗੈਰਾ ਦਿੰਦੇ ਆ, ਮਤਲਬ ਬਿਲਕੁਲ ਬਿਲਕੁਲ ਹਾਂ। ਕਿਉਂਕਿ ਜਦੋਂ ਦੰਗੇ ਹੁੰਦੇ ਆ ਨਾ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ, ਜਿਹੜੇ ਲੋਕ ਇਹ ਕੰਮ ਕਰਦੇ ਆ ਨਾ, ਤੁਸੀਂ ਇਹ ਦੇਖੋ, ਉਹ ਕੋਈ ਪੜ੍ਹੇ ਲਿਖੇ ਨਹੀਂ ਹੁੰਦੇ, ਕੋਈ ਉਹਨਾਂ ਦਾ ਕੋਈ ਰੁਜ਼ਗਾਰ ਜੋਬ ਵਾਲੇ ਨਹੀਂ ਹੁੰਦੇ, ਉਹ ਗਰੀਬ ਵਰਗ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੁੰਦੀ ਆ, ਠੀਕ ਹੈ, ਉਹਨਾਂ ਨੂੰ ਪੈਸਾ ਦੇ ਕੇ ਅਤੇ ਇੱਦਾਂ ਵਰਗ ਲਾ ਕੇ ਇੱਦਾਂ ਯੂਜ਼ ਕੀਤਾ ਜਾਂਦਾ, ਕਿਉਂਕਿ ਉਹਨਾਂ ਨੂੰ ਪੈਸਾ ਪਹਿਲਾਂ ਆਉਂਦਾ, ਉਹਨਾਂ ਨੂੰ ਕਿਸੇ ਦੀ ਕੋਈ ਫੀਲਿੰਗ ਦੀ ਕਦਰ ਨਹੀਂ ਹੁੰਦੀ। ਮਰਨ ਦੀ ਹੁੰਦੀ ਹੈ ਵੀ ਹਾਂ ਅਸੀਂ ਮਰ ਜਾਾਂਗੇ, ਪਿੱਛੇ ਫੈਮਿਲੀ ਦੀ ਹੁੰਦੀ ਹੈ ਵੀ ਹਾਂ ਸਾਨੂੰ ਫਿਰ ਸਾਨੂੰ ਕੁਝ ਹੋ ਗਿਆ ਤਾਂ ਸਾਡੇ ਪਿੱਛੇ ਫੈਮਿਲੀ ਨੂੰ, ਮਤਲਬ ਤੁਸੀਂ ਇਦਾਂ ਮਤਲਬ ਪੈਸੇ ਭਿਜਵਾ ਦਿਓ ਜੇ ਉਹ। ਹਾਂਜੀ, ਚਲੋ ਅੱਗੇ ਦੇਖਦੇ ਹਾਂ। ਸਦੀਆਂ ਵਾਂਗੂ ਕੁਝ ਨਹੀਂ ਜਾਣਾ, ਅੱਜ ਵੀ ਮੰਦਰ ਮਸਜਿਦ ਦਾ। ਹਾਂ ਸਹੀ ਹੈ, ਸਹੀ ਗੱਲ ਹੈ। ਨਾਨਕ ਦਾ ਪ੍ਰਸ਼ਾਦ ਨਾਨਕ ਦਾ ਪ੍ਰਸ਼ਾਦ ਫੜਾ, ਮੈਂ ਨਾਨਕ ਦੀ ਬਾਣੀ ਪੜ ਕੇ ਦਵਾਂ ਹੁਸੈਨੀ ਲੰਗਰ ਨੂੰ। ਮਸਜਿਦ ਮੇਰੀ ਤੂੰ ਕਿਉਂ ਤਾਂ ਤੋੜਾਂ ਮੰਦਰ ਨੂੰ।
जद मेरी मौला करे जद मेरी तू क्यों टावे मैं क्यों तोड़ा मंदर आ जा दोवें रल के पड़िए एक दूजे दे अंदर मस्जिद मेरी तू क्यों उर्दू दे विच की लिखिया भी सानू दस्यो जरूर मंदिर से एक लाश मिली है माथे पे मेहराब के ऊपर तिलक लगा है हाथ में तस्बीह सर पे पगड़ी जेब से बाइबल झांक रही है शायद रब को ढूंढता कोई मंदिर तक का पहुंचा था गीता या कुरान का मालिक ईसा वाला नानक वाला हाथ में उसके एक कागज था कागज पे तहरीर लिखी थी हम सबका मालिक एक है हम एक खुदा के बंदे हैं हम सबका मालिक एक है। अच्छा उर्दू से कोई तो आए लावारिस की लाश उठाए आस पड़ोस के लोग सभी इनकारी हैं पूछ रहे हैं एक दूजे से आखिर फाश किया है मंदिर से एक लाश मिली है मंदिर से एक लाश मिली है क्या बात है। सो गाइज ये सी आज दी एक वीडियो बहुत अच्छी सी इन्होंने बड़े सेंसिटिव टॉपिक दे जिहड़ी गल कीती है मेरे ख्याल जो कि करनी बनती भी सी बिकॉज दुनिया दे विच बड़े इदां दे काम हो रहे हैं जिथे जिहड़े मुस्लिम्स आ वह मंदिरां नूं ढाउंदे आ ते जिहड़े हिंदू आ वह मस्जिदां नूं ढाउंदे आ वो क्यों करते हैं भी इन्हों का एक बड़ा वड्डा कह लो पोलीटिकल एक जो कारण है काफ़ी सारे इदा के संगठन है जिहड़े मतलब एक दूजे नूं वेख के राजी नहीं होंदे पर कोई भी धर्म है किसी भी धर्म दे विच ये चीज़ नहीं सिखाई जाती कि तुसी दूजे धर्म के बंदियां नूं इदा समझो उन्हां नाल नफरत करो ठीक है तो मतलब उन्हां नाल कोई कुटमार करो गाली गलोच करो ये सब जिहड़े लोग ये करते हैं पता नहीं उन्होंने दिल नहीं हुंदा जा पता नहीं उन्होंने की जड़ा उन्होंने की दिमाग च की है जा कौन उन्होंने उन्होंने ब्रेन वॉश करता है कि तुसी इदां दा काम करो वही पैसा सब तो वड्डी चीज़ है पैसे ना लई इदां चीज़ हुंदी है ना तो बाकी वीडियो इन्नी वधिया लगी मैनू मैं इन्हें दिखाया कि हाँ सारे जिन्हें आपस में बस मिलजुल के रहो ये चीज़ ही दिखाई है मेन भी हाँ असी क्यों मतलब मेरा मस्जिद है तो मैं मंदिर क्यों तोड़ा मतलब कोई भी मैं इधर मंदिर गुरुद्वारा साहब इधर नहीं तोड़ सकता क्योंकि मैं मतलब आपकी मस्जिद नूं प्यार करदा तो मैं मस्जिद ही मेरा है हाँ। मतलब कहना ये चीज़ नहीं होनी चाहिए हुण एज अ सिख असी जदों तो सुरत संभाली है हिंदुआ नाल मुसलमाना नाल साडा प्यार रहा साडे हुण भी जिहड़े दोस्त है साडे मिलन वाले है सानू है ना तो बहुत जिहड़े हैगे आ वो हिंदू वर्ग नाल संपर्क आ ते कई मुस्लिम्स भी हैगे आ जिन्हों तो असी मान लो कोई शॉप है ग्रोसरी शॉप से है जो होर है ना तो वह मुस्लिम्स है उन्होंने भी पता असं वीडियोज़ बनाने तो वधिया खुश होकर मिलते हैं सानू पर असी ऑब्जर्व किया है कि हाँ लोगों के मन के चीज़ है एंड वो क्यों आ नफरत की भावना क्यों आ मतलब इन्नी भी कहती नफरत है यार क्योंकि वह चीज़ हो चुकी है ना एक बार कई मतलब बाहर निकल गए हुए हैं कई नहीं निकले हो चुकी चलो उस चीज़ नूं छड़ देना चाहिए हुण हुण अगे वधना चाहिए रल मिल के अगे वधो अपने देशां दी जिहड़ी तरक्की होवे अपने जिहड़े मुंडे कुड़ियां उह बाहर नूं भजदे आ
ਉਹ ਕਿਉਂ ਭੱਜਦੇ ਕਿਉਂਕਿ ਇੱਥੇ ਆਹ ਕੁਛ ਬਹੁਤ ਹੈ ਹਨਾ ਰੇਸਿਜ਼ਮ ਬਹੁਤ ਹੁੰਦਾ ਇੱਥੇ ਅਤੇ ਇੱਕ ਦੂਜੇ ਨੂੰ ਹਮੇਸ਼ਾ ਨੀਵਾਂ ਸਮਝਣਾ ਮਤਲਬ ਸਮਝਦੇ ਆ ਲੋਕ ਜਿਹੜਾ ਕਿ ਬਹੁਤ ਮਾੜੀ ਗੱਲ ਆ ਬਹੁਤ ਸੋਹਣੀ ਪੋਇਟਰੀ ਸੀਗੀ ਬੜਾ ਵਧੀਆ ਇਹਨਾਂ ਨੇ ਪੜ੍ਹਿਆ ਅਤੇ ਪਰਫੋਰਮੈਂਸ ਇਹਨਾਂ ਦੀ ਬਹੁਤ ਅੱਛੀ ਸੀ ਜਿਹੜਾ ਐਂਡ 'ਤੇ ਇਹਨਾਂ ਨੇ ਸ਼ੇਅਰ ਬੋਲਿਆ ਉਹ ਵੀ ਅੱਛਾ ਸੀਗਾ ਪਰ ਮੇਰੇ ਖਿਆਲ ਜਿਹੜਾ ਵੀਡੀਓ ਦਾ ਕੰਸੈਪਟ ਹੈ ਨਾ ਉਹਦੇ 'ਚ ਇੱਕ ਸਟੋਰੀ ਟਾਈਪ ਬਣਾ ਕੇ ਕੁਛ ਬਹੁਤ ਵਧੀਆ ਕਨਵੇ ਕੀਤਾ ਜਾ ਸਕਦਾ ਸੀ ਇੱਕ ਗੱਲ ਹੋਰ ਕਿ ਜਿਹੜਾ ਇਹਨਾਂ ਨੇ ਵਿੱਚ ਹੁਣ ਗੱਲ ਕੀਤੀ ਇਹਨਾਂ ਨੇ ਕਿ ਬਾਬੇ ਨਾਨਕ ਦਾ ਮੈਂ ਮਤਲਬ ਕਿ ਬਾਣੀ ਪੜ੍ਹ ਕੇ ਅਤੇ ਇੱਦਾਂ ਲੰਗਰ ਖਵਾਵਾਂ ਹੈ ਨਾ ਹਾਂਜੀ ਉਹ ਮੈਨੂੰ ਉੱਥੇ ਥੋੜ੍ਹੀ ਜਿਹੀ ਕਨਫਿਊਜ਼ਨ ਆ ਬਿਕੋਜ਼ ਇੱਥੇ ਗੱਲ ਹੋ ਰਹੀ ਹੈ ਹਿੰਦੂ ਅਤੇ ਮੁਸਲਮਾਨ ਦੀ ਹੈ ਨਾ ਮੰਦਰ ਅਤੇ ਮਸਜਿਦ ਦੀ ਗੱਲ ਹੋ ਰਹੀ ਹੈ ਤਾਂ ਆਈ ਥਿੰਕ ਉੱਥੇ ਹੋਣਾ ਚਾਹੀਦਾ ਸੀ ਕਿਸੇ ਹਿੰਦੂ ਧਰਮ ਦੇ ਕਿਉਂਕਿ ਇਹ ਨਾ ਇਹ ਇੱਕ ਗੱਲ ਹੈ ਕਿਉਂਕਿ ਕਾਫੀ ਸਾਰੇ ਜਿਹੜੇ ਲੋਕ ਹੈ ਨਾ ਉਹ ਸਮਝਦੇ ਆ ਕਿ ਹਿੰਦੂ ਧਰਮ ਦੇ ਵਿੱਚੋਂ ਸਿੱਖ ਧਰਮ ਦਾ ਜਨਮ ਹੋਇਆ ਜੋ ਕਿ ਸੱਚ ਨਹੀਂ ਹੈ ਇਹ ਚੀਜ਼ ਬਿਲਕੁਲ ਵੀ 1% ਸੱਚ ਨਹੀਂ ਹੈ ਕਿ ਹਿੰਦੂ ਧਰਮ ਦੇ ਵਿੱਚੋਂ ਸਿੱਖ ਧਰਮ ਦਾ ਜਿਹੜਾ ਜਨਮ ਹੋਇਆ ਠੀਕ ਹੈ ਸਿੱਖ ਧਰਮ ਵਾਕਈ ਨਵਾਂ ਜ਼ਰੂਰ ਹੈ ਪਰ ਉਹ ਇੱਦਾਂ ਨਹੀਂ ਹੈ ਕਿ ਕਿਉਂਕਿ ਜਿਹੜੇ ਹਿੰਦੂ ਧਰਮ ਅਤੇ ਸਿੱਖ ਧਰਮ ਦੇ ਸਿਧਾਂਤ ਹੈ ਨਾ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਿੱਖ ਧਰਮ ਵਿੱਚ ਮੂਰਤੀ ਪੂਜਾ ਬਿਲਕੁਲ ਅਲਾਊਡ ਨਹੀਂ ਹੈ ਹਿੰਦੂਆਂ ਵਿੱਚ ਮਤਲਬ ਮੂਰਤੀ ਪੂਜਾ ਹੁੰਦੀ ਹੈ ਮੇਨ ਹੈ ਹੀ ਉੱਥੇ ਮੂਰਤੀ ਪੂਜਾ ਹਾਂਜੀ ਸੋ ਸਿੱਖ ਧਰਮ ਵਿੱਚ 1% ਵੀ ਨਹੀਂ ਹੈ ਨਾ ਸੋ ਕੋਈ ਫੋਟੋ ਨਹੀਂ ਮੰਨਦਾ ਜਿਵੇਂ ਆਪਾਂ ਫੋਟੋ ਰੱਖ ਜ਼ਰੂਰ ਲੈਂਦੇ ਹਾਂ ਘਰੇ ਚਲਾਂ ਸਾਡੇ ਗੁਰੂ ਨੇ ਸਿਰਫ ਇਸ ਲਈ ਕਿ ਇੱਕ ਯਾਦ ਆਉਣ ਲਈ ਕਿ ਹਾਂ ਵੀ ਇਹ ਸਾਡੇ ਗੁਰੂ ਔਰ ਅਸੀਂ ਫੋਟੋਆਂ ਨੂੰ ਅਸੀਂ ਮੱਥਾ ਵੀ ਨਹੀਂ ਟੇਕਦੇ ਮੈਂ ਹੀ ਦੱਸਣਾ ਚਾਹੁੰਦੀ ਹਾਂਜੀ ਵੀ ਮੱਥਾ ਵੀ ਨਹੀਂ ਅਸੀਂ ਟੇਕਦੇ ਇਹ ਚੀਜ਼ ਮਤਲਬ ਜਿਵੇਂ ਇੱਕ ਦਿਖਾਈ ਜਾਂਦੀ ਚਲੋ ਹਾਂ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਪਰ ਅਸੀਂ ਵੱਡੇ ਲੋਕ ਕਦੀ ਵੀ ਕੋਈ ਮਤਲਬ ਮੱਥਾ ਨਹੀਂ ਟੇਕਦਾ ਗੁਰਦੁਆਰਾ ਸਾਹਿਬ ਵਿੱਚ ਵੀ ਐਂਟਰੀ ਜਦੋਂ ਆਪਾਂ ਕਰਦੇ ਹਾਂ ਤਾਂ ਨੀਚੇ ਜਿਹੜੇ ਪੱਥਰ ਲੱਗੇ ਆ ਜਾਂ ਨਿਸ਼ਾਨ ਸਾਹਿਬ ਆ ਉਹਨਾਂ ਨੂੰ ਵੀ ਇੱਦਾਂ ਹੱਥ ਲਗਾ ਕੇ ਮੱਥੇ ਨੂੰ ਲਗਾਉਣਾ ਦਿਸ ਇਜ਼ ਨੋਟ ਅਲਾਊਡ ਇਨ ਸਿੱਖਿਜ਼ਮ ਪਰ ਫਿਰ ਵੀ ਲੋਕ ਕਰਦੇ ਆ ਮੈਂ ਵੀ ਖੁਦ ਕਰਦੀ ਹਾਂ ਮੈਂ ਵੀ ਕਰਦੀ ਰਹੀ ਹਾਂ ਫਤਿਹਗੜ੍ਹ ਸਾਹਿਬ ਵਿੱਚ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀਗੇ ਉਸ ਜਗ੍ਹਾ ਤੇ ਜਿੱਥੇ ਮੇਨ ਗੁਰਦੁਆਰਾ ਸਾਹਿਬ ਆ ਉੱਥੇ ਨਾਲ ਹੀ ਮਸਜਿਦ ਵੀ ਹੈ ਐਂਡ ਉਸ ਮਸਜਿਦ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਕਬਰਾਂ ਨੇ ਜਿੱਥੇ ਜਿਹੜੇ ਉੱਥੋਂ ਦੇ ਸੂਫੀ ਸੰਤ ਹੋਏ ਸੀ ਪਹਿਲਾਂ ਠੀਕ ਹੈ ਗੁਰੂ ਸਾਹਿਬਾਨ ਦੇ ਟਾਈਮ ਵਿੱਚ ਤਾਂ ਜਿਹੜੇ ਲੋਕ ਜਿਹੜੇ ਸਿੱਖ ਲੋਕ ਆਪਣੇ ਗੁਰਦੁਆਰਾ ਸਾਹਿਬ ਦਰਸ਼ਨ ਲਈ ਜਾਂਦੇ ਹੈ ਤਾਂ ਇਹ ਕਦੇ ਨਹੀਂ ਹੁੰਦਾ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਉਹ ਉਸ ਮਸਜਿਦ ਵਿੱਚ ਵੀ ਨਾ ਜਾਣ ਉਹ ਉੱਥੇ ਵੀ ਜਾ ਕੇ ਮਸਜਿਦ ਨੂੰ ਦੇਖਦੇ ਆ ਉੱਥੇ ਸਭ ਦੇਖਦੇ ਆ ਠੀਕ ਹੈ ਮਤਲਬ ਕੀ ਹਿਸਾਬ ਕਿਤਾਬ ਹੈ ਕੀ ਹਿਸਟੋਰੀਕਲ ਫੈਕਟਸ ਕੀ ਹੈ ਕੀ ਹਿਸਟਰੀ ਸੀ ਉੱਥੋਂ ਦੀ ਸੋ ਇਹ ਗੱਲ ਹੈ ਅਤੇ ਜੋ ਵੀ ਹੈ ਗਾਣਾ ਕਹਿ ਰਿਹਾ ਕਲਾਮ ਬਹੁਤ ਖੂਬਸੂਰਤ ਸੀਗਾ ਇਸ ਵੀਡੀਓ ਦੇ ਜ਼ਰੀਏ ਅਸੀਂ ਇੱਕੋ ਅਪੀਲ ਕਰਦੇ ਹਾਂ ਕਿ ਨਫ਼ਰਤਾਂ ਨੂੰ ਖਤਮ ਕਰੋ ਠੀਕ ਹੈ ਪਿਆਰ ਨਾਲ ਰਹਿਣਾ ਚਾਹੀਦਾ ਆਪਾਂ ਨੂੰ ਸਭ ਨਾਲ ਅਤੇ ਧਰਮ ਦੀ ਆੜ ਦੇ ਵਿੱਚ ਇੱਕ ਦੂਜੇ ਨੂੰ ਗਲਤ ਮਾੜਾ ਅਤੇ ਇੱਕ ਦੂਜੇ ਦੇ ਮੰਦਰਾਂ ਨੂੰ ਮਸਜਿਦਾਂ ਨੂੰ ਤੋੜਨਾ ਬਹੁਤ ਹੀ ਮਾੜੀ ਗੱਲ ਹੈ ਇਹਦਾ ਲੇਖਾ ਦੇਣਾ ਪੈਣਾ ਆਪਾਂ ਨੂੰ ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਗੁਰੇਜ਼ ਕਰੋ ਬਾਕੀ ਹੁਣ ਇਹ ਵੀਡੀਓ ਅੱਛੀ ਹੈ ਇਹਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਚੰਗਾ ਮੈਸੇਜ ਹੈ ਜਿਹੜਾ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਜਾਇਓ ਸੋ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਤਦ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ